ਵੀ ਤਾਂ ਮੂਸਾ ਪਿੰਡ ਦਾ ਉਹ ਨੌਜਵਾਨ ਇਸ ਦੁਨੀਆ ਚ ਨਹੀਂ ਰਿਹਾ ਉਹਦੇ ਸਿਵੇ ਹਜੇ ਵੀ ਤੱਤੇ ਆ ਤਾਂ ਦੇਖ ਰਹੇ ਤੁਸੀਂ ਇਸ ਵਕਤ ਉਸ ਜਗ੍ਹਾ ਤੇ ਮੌਜੂਦ ਹੈ ਜਿੱਥੇ ਸਾਰੀ ਰਾਤ ਪੁਲਿਸ ਦਾ ਪੈਰਾ ਰਿਹਾ ਇਹ ਜਿਹੜੀ ਜਿਪਸੀ ਤੁਹਾਨੂੰ ਦਿਖਾ ਰਹੇ ਐਲ ਐਮ ਜੀ ਜਿੱਥੇ ਲੱਗੀ ਹੋਈ ਹੈ ਇਸ ਜਿਪਸੀ ਦੇ ਉੱਤੇ ਲਗਾਤਾਰ ਸਾਰੀ ਰਾਤ ਪੁਲਿਸ ਨੇ ਜਿਹੜਾ ਪੈਰਾ ਦਿੱਤਾ ਕਿਉਂਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਕੱਲ ਅੰਤਿਮ ਸੰਸਕਾਰ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਉਹਦੇ ਫੁੱਲ ਚੁਗੇ ਜਾਣ ਤਾਂ ਸਕਿਉਰਟੀ ਪੁਲਿਸ ਦੀ ਜਿਹੜੀ ਹੈਗੀ ਹੈ ਉਹ ਬੜੀ ਟਾਈਟ ਸਕਿਉਰਟੀ ਸੀਗੀ ਲਗਾਤਾਰ ਪੁਲਿਸ ਨੂੰ ਜਿਹੜਾ ਕਹਿ ਦਈਏ ਕਿ ਤਣਾਤ ਕੀਤਾ ਗਿਆ ਸੀ ਇਸ ਜਗ੍ਹਾ ਦੇ ਉੱਤੇ ਤਾਂ ਸਾਰੀ ਰਾਤ ਇੱਥੇ ਡਿਊਟੀਆਂ ਵੀ ਲੱਗਿਆ ਰਹੀਆਂ ਤਾਂ ਦੇਖ ਸਕਦੇ ਹੋ ਜਿਹੜੇ ਮੁਲਾਜ਼ਮ ਹੈਗੇ 3-3 ਘੰਟੇ ਦੀ ਸ਼ਿਫਟ ਸੀਗੀ 3-3 ਘੰਟੇ ਦੀ ਸ਼ਿਫਟ ਵੀ ਇੱਥੇ ਪੂਰੀ ਕੀਤੀ ਗਈ ਹੈ ਤਾਂਕਿ ਪੂਰੀ ਸੁਰੱਖਿਆ ਜਿਹੜੀ ਇੱਥੇ ਬਣੀ ਰਹੇ ਕਿਉਂਕਿ ਇਹ ਉਹ ਟਿੱਬਿਆਂ ਦਾ ਪੁੱਤ ਜਿਹਨੇ ਮੂਸੇ ਪਿੰਡ ਦਾ ਨਾਮ ਪੂਰੇ ਦੇਸ਼ ਆਪਦੇਸ਼ਾਂ 'ਚ ਰੌਸ਼ਨ ਕੀਤਾ ਉਹ ਇਸ ਦੁਨੀਆ 'ਚ ਨਹੀਂ ਰਿਹਾ ਕੱਲ ਅੰਤਿਮ ਸੰਸਕਾਰ ਉਹਦਾ ਕੀਤਾ ਗਿਆ ਅੱਜ ਫੁੱਲ ਚੁਗੇ ਜਾਣੇ ਆ ਤਾਂ ਦੇਖ ਰਹੇ ਹੋ ਪੁਲਿਸ ਦੀ ਸੁਰੱਖਿਆ ਜਿਹੜੀ ਹੈਗੀ ਹੈ ਇਹ ਉਸ ਦਿਨ ਤੋਂ ਹੀ ਕਰੜੀ ਕਰ ਦਿੱਤੀ ਸੀ ਜਿਸ ਦਿਨ ਇਹ ਘਟਨਾ ਘਟੀ ਸੀ ਇਹ ਮੂਸੇਪਿੰਡ ਦੀ ਤਸਵੀਰ ਦਿਖਾ ਰਹੇ ਹਾਂ ਜਿੱਥੇ ਸਿੱਧੂ ਮੂਸੇਵਾਲੇ ਦਾ ਜਿਹੜਾ ਖੇਤ ਦੇ ਵਿੱਚ ਜਿਹੜਾ ਅੰਤਿਮ ਸੰਸਕਾਰ ਉਹ ਕੀਤਾ ਗਿਆ ਸੀ ਉੱਥੇ ਪੁਲਿਸ ਦੇ ਜਿਹੜੇ 25 ਤੋਂ 26 ਮੁਲਾਜ਼ਮ ਨੇ ਸਾਰੀ ਰਾਤ ਉਹਨਾਂ ਨੇ ਇਹ ਜਗ੍ਹਾ ਤੇ ਪਹਿਰਾ ਦਿੱਤਾ ਜਿਸ ਤੋਂ ਇਲਾਵਾ ਪਿੰਡ ਦੇ ਜਿਹੜੇ ਵਸਨੀਕ ਆ ਗਏ ਉਹਨਾਂ ਦੇ ਰਿਸ਼ਤੇਦਾਰ ਹੈਗੇ ਆ ਉਹ ਵੀ ਇੱਥੇ ਡਟੇ ਰਹੇ ਆ ਕਿਉਂਕਿ ਇਹ ਉਸ ਪਿੰਡ ਦਾ ਇਹ ਨੌਜਵਾਨ ਸੀ ਜਿਹਨੇ ਮੂਸੇ ਦਾ ਨਾਮ ਰਚਨ ਕੀਤਾ ਤਾਂ ਦੇਖ ਰਿਹਾ ਹਾਂ ਉਸ ਨੌਜਵਾਨ ਨੂੰ ਕਿਵੇਂ ਸਕਿੰਟਾਂ ਸਕਿੰਟਾਂ ਇੱਕ ਮਿੰਟਾਂ ਸਕਿੰਟਾਂ ਵਿੱਚ ਜਿਹੜਾ ਮਿੱਟੀ 'ਚ ਰੋਲਦਾ ਜਿਹਨੂੰ ਉਮਰਾਂ ਲੱਗੀਆਂ 25 26 ਸਾਲ ਜਿਹਨੂੰ ਕਹਿ ਲਿਏ ਕਿ ਇਸ ਦੁਨੀਆ ਤੇ ਆਏ ਹੋਏ ਸੀ ਪਰੋ ਅੱਜ ਸਾਡੇ ਵਿੱਚ ਨਹੀਂ ਰਿਹਾ ਇਹ ਉਹਦੇ ਸਿੱਧੂ ਮੂਸੇਵਾਲੇ ਦੇ ਸਿਵੇ ਨੇ ਜਿਹੜੇ ਹਜੇ ਵੀ ਸੇਕ ਹਜੇ ਵੀ ਇਹਦੇ ਚ ਮਾਵਾਂ ਦੇ ਹੰਝੂ ਜਿਹੜੇ ਆ ਦੇਖਣ ਨੂੰ ਮਿਲ ਰਿਹਾ ਹਜ਼ਾਰਾਂ ਲੋਕ ਇੱਥੇ ਰੋ ਰਹੇ ਸੀ ਦੁਖੀ ਸੀਗੇ ਕਿ ਆਖਰਕਾਰ ਇਹ ਘਟਨਾ ਕਿਉਂ ਘਟੀਏ ਪੁਲਿਸ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਸਾਰੀ ਰਾਤ ਇਸੇ ਤਰੀਕੇ ਨਾਲ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਇੱਥੇ ਲੱਗੀਆਂ ਰਹੀਆਂ ਤੇ ਇਹ ਵੀ ਗੱਲ ਜਿਹੜੀ ਸਾਹਮਣੇ ਆਈ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਫੈਨ ਹੈਗੇ ਆ ਉਹ ਦਿੱਲੀ ਤੋਂ ਦੇਰ ਰਾਤ ਤੱਕ ਇੱਥੇ ਆਉਂਦੇ ਰਹੇ ਕਿਉਂਕਿ ਸਫ਼ਰ ਲੰਬਾ ਸੀ ਤੱਕ ਇੱਥੇ ਪਹੁੰਚ ਸਕੇ ਕਿ ਨਹੀਂ ਪਹੁੰਚ ਸਕੇ ਤਾਂ ਪਿੰਡ ਦੇ ਵੀ 25 ਜਿਹੜੇ ਲੋਕ ਆ ਗਏ ਪਿੰਡ ਦੇ ਵੀ 15-20 ਲੋਕ ਇੱਥੇ ਜਿਹੜੇ ਸਾਰੀ ਰਾਤ ਇਸ ਜਗ੍ਹਾ ਤੇ ਡਾਕਟਰ ਹੈ ਤਾਂ ਉਸ ਤੋਂ ਇਲਾਵਾ ਪੁਲਿਸ ਦੀ ਗੱਲ ਕਰੀਏ ਤਾਂ ਸੁਰੱਖਿਆ ਦੇ ਜਿਹੜੇ ਕੜੇ ਪ੍ਰਬੰਧ ਹੈ ਉਹ ਵੀ ਇਸ ਜਗ੍ਹਾ ਤੇ ਕੀਤੇ ਗਏ ਸੀ ਜਿੱਥੇ ਸਿੱਧੂ ਮੂਸੇਵਾਲੇ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਹਦੇ ਜਿਹੜੀ ਹੈ ਕਹਿ ਦਈਏ ਕਿ ਫੁੱਲ ਜਿਹੜੇ ਚੁਗੇ ਜਾਣੇ ਤਾਂ ਇਸ ਕਰਕੇ ਦੇਖਣੇ ਤੁਸੀਂ ਲਗਾਤਾਰ ਰਾਤ ਤੋਂ ਹੀ ਇਹ ਜਗ੍ਹਾ ਦੇ ਉੱਤੇ ਵੱਖ-ਵੱਖ ਥਾਂ ਦੇ ਜਿਹੜੀ ਪੁਲਿਸ ਤਾਇਨਾਤ ਕੀਤੀ ਗਈ ਸੀ ਤਾਂ ਹੀ ਜਿਹੜੇ ਕਹਿ ਸਕਦਾ ਕਿ ਇਹੋ ਜਿਹਾ ਇੱਕ ਵੱਡਾ ਕਾਟਾ ਇਹ ਪੰਜਾਬ ਨੂੰ ਕਹਿ ਲਿਆ ਜਾਂ ਦੇਸ਼ ਵਿਦੇਸ਼ ਤੇ ਜਿਹੜੇ ਫੈਨਸ ਹੈਗੇ ਉਹਨਾਂ ਨੂੰ ਪਿਆ ਜਿਹੜਾ ਕਦੇ ਨਹੀਂ ਪੂਰਾ ਹੋਣਾ ਪੁਲਿਸ ਰੱਖਿਆ ਦੀ ਵਿੱਚ ਖੇਤਾਂ ਦੇ ਵਿੱਚ ਵਿਪੱਖ-ਵਕ ਥਾਵਾਂ ਤੇ ਜਿਹੜੀ ਫੋਰਸ ਜਿਹੜੀ ਇੱਥੇ ਤੈਨਾਤ ਕੀਤੀ ਹੋਈ ਹੈ ਤਾਂ ਅੱਜ ਵੀ ਫੋਰਸ ਇਤਨਾਤੀ ਹੈ ਕਿ ਅੱਜ ਸਿੱਧੂ ਮੂਸੇਵਾਲਾ ਦੇ ਜਿਹੜੇ ਫੁੱਲ ਚੁਗੇ ਜਾਣਾ ਹੈ ਤਾਂ ਪੁਲਿਸ ਸਿਕਿਉਰਿਟੀ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਲਗਾਤਾਰ ਮੁਲਾਜ਼ਮ ਜਿਹੜੇ ਹੈ ਕੱਲ ਤੋਂ ਹੀ ਰਾਤ ਤੋਂ ਹੀ ਇਹ ਜਗ੍ਹਾ ਤੇ ਮੌਜੂਦ ਹੈ ਗਿਆ ਮਕਬਕ ਥਾਵਾਂ ਤੇ ਜਿਹੜੀਆਂ ਟੁਕੜੀਆਂ ਪੁਲਿਸ ਦੀਆਂ ਤਨਾਤ ਕੀਤੀਆਂ ਹੋਈਆਂ ਉਹ ਵੀ ਦੇਖ ਸਕਦੇ ਹੋ ਇਹ ਗੱਡੀਆਂ ਦੇ ਬੈਕ ਸਾਈਡ ਦੇ ਉੱਤੇ ਜਿਹੜੀ ਫੋਰਸ ਹੈਗੀ ਹੈ ਇਹ ਵੀ ਪੁਲਿਸ ਇੱਥੇ ਤਨਾਤ ਹੈਗੀ ਹੈ ਯਾਨੀ ਪਿੰਡ ਦਾ ਹਰ ਸ਼ਖਸ ਇੱਥੇ ਰੋ ਕੇ ਗਿਆ ਜਿੰਨੇ ਵੀ ਲੋਕ ਬਾਹਰੋਂ ਆਏ ਸੀ ਉਹ ਸਾਰੇ ਦੁਖੀ ਸੀ ਕਿ ਇੱਕ ਹਸਤਾ ਖੇਡਦਾ ਨੌਜਵਾਨ ਜਿਹੜਾ ਕੁਝ ਦਿਨ ਪਹਿਲਾਂ ਹੀ ਆਪਣੇ ਪਰਿਵਾਰ 'ਚ ਬੈਠਾ ਸੀ ਅੱਜ ਉਹ ਇਹ ਰਾਖ ਦਾ ਢੇਰ ਬਣ ਚੁੱਕਿਆ ਸਿੱਧੂ ਮੂਸੇਵਾਲਾ ਜਿਹਦੀ ਆਰਥਿਕ ਦੇਨ ਉੱਤੇ ਕੱਲ ਆਂਦਾ ਗਿਆ ਤਾਂ ਉਸ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਗਿਆ ਹਜੇ ਵੀ ਤੁਸੀਂ ਦੇਖ ਰਹੇ ਹੋ ਇਹ ਗਰਮ ਸੀਵਿਆਂ ਦੇ ਵਿੱਚੋਂ ਹਜੇ ਵੀ ਜਿਹੜਾ ਸੇਕ ਨਿਕਲ ਰਿਹਾ ਕਿਉਂਕਿ ਇਹਦੇ ਵਿੱਚ ਹਜ਼ਾਰਾਂ ਲੋਕਾਂ ਦੇ ਹੰਝੂ ਹੈਗੇ ਜਿਹੜੇ ਅੱਜ ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਦੁਖੀ ਆ ਤਾਂ ਕਹਿ ਲਈਏ ਬੀਤੀ ਰਾਤ ਤੋਂ ਹੀ ਇੱਥੇ ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨ ਹੈਗੇ ਆ ਕਰੀਬ ਦਿੱਲੀ ਤੋਂ ਹਰਿਆਣਾ ਤੋਂ ਵੱਖ-ਵੱਖ ਸਟੇਟਾਂ ਤੋਂ ਪਹੁੰਚੇ ਆ ਤਾਂ ਰਾਤ ਨੂੰ ਵੀ ਜਦੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ ਤਾਂ ਇਹ ਗੱਲ ਸਾਹਮਣੇ ਆਈ ਆ ਦੀ ਦੇਰ ਰਾਤ ਤੱਕ ਉਹਨਾਂ ਦੇ ਚੌਣ ਵਾਲੇ ਇਸ ਜਗ੍ਹਾ ਤੇ ਪਹੁੰਚੇ ਤੇ ਮਾਥਾ ਟੇਕੇ ਗਏ ਕਿ ਸਿੱਧੂ ਦੀ ਆਤਮਾ ਨੂੰ ਭਗਵਾਨ ਸ਼ਾਂਤੀ ਦੇਵੇ ਤਾਂ ਕਹਿ ਸਕਦੇ ਹਾਂ ਕਿ ਇਹ ਉਹ ਟਿੱਬਿਆਂ ਦਾ ਪੁੱਤ ਹੈ ਜਿਹੜਾ ਮਿੱਟੀ ਦੇ ਵਿੱਚ ਹੀ ਲੋਕਾਂ ਨੇ ਕਹਿ ਸਕਦੇ ਹਾਂ ਕਿ ਉਹਨਾਂ ਲੋਕਾਂ ਨੇ ਰੋਲਤਾ ਜਿਹੜਾ ਹੱਸਦਾ ਬਸਦਾ ਆਪਣੇ ਪਰਿਵਾਰ 'ਚ ਖੇਡਦਾ ਸੀਗਾ ਇਹ ਸਮੂਥੀ ਪਿੰਡ ਦਾ ਨਾਮ ਰੌਸ਼ਨ ਕਰਨ ਵਾਲਾ ਇਸ ਦੁਨੀਆ 'ਚ ਨਹੀਂ ਰਿਹਾ ਪਰ ਉਹਦੀ ਯਾਦਾਂ ਤੇ ਉਹਦੇ ਗਾਣੇ ਹਮੇਸ਼ਾ ਇਸ ਦੁਨੀਆ 'ਚ ਆਉਣ ਵਾਲੇ ਸਮਾਂ ਤੱਕ ਵੀ ਵੱਜਦੇ ਰਹਿਣਗੇ ਕੈਮਰਾਮੈਨ ਗੁਰਵੰਤਰ ਤੇ ਆਪਣੇ ਸਹਿਯੋਗੀ ਜਗਦੀਸ਼ ਪੰਸਲ ਦੇ ਨਾਲ ਅਮਿਤ ਸ਼ਰਮਾ ਡੇਲੀ ਪੁਸ ਪੰਜਾਬੀ ਪਿੰਡ ਮੂਸਾ ਮਾਨਸਾ